ਅੱਜ ਵੇਖੀ ਹੁਣੀ ਆ ਕਾਫੀ ਜ਼ਿਆਦਾ ਝੱਖੜ ਤੂਫਾਨ ਸੀ ਅਤੇ ਕਾਫੀ ਜ਼ਿਆਦਾ ਗੜੇਮਾਰੀ ਹੋਣ ਦੇ ਨਾਲ ਜੈਤੋਂ ਦਾ ਜਿਹੜਾ ਕੋਟਕਪੁਰਾ ਰੋਡ ਸੀ ਉਹ ਬਿਲਕੁਲ ਬੰਦ ਹੋ ਗਿਆ। ਇਸ ਦੇ ਨਾਲ ਲਗਭਗ 12 ਤੋਂ 16 ਖੰਭੇ ਜੋ ਬਿਜਲੀ ਦੇ ਸਨ ਉਹ ਪੂਰੀ ਸੜਕ ਦੇ ਉੱਪਰ ਡਿੱਗ ਪਏ ਆ। ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਬੱਸ ਖੜੀ ਆ ਪ੍ਰਾਈਵੇਟ ਕੰਪਨੀ ਦੀ, ਉਹ ਬੱਸ ਦੇ ਉੱਪਰ ਵੀ ਜੋ ਖੰਭਾ ਸੀ ਉੱਪਰ ਡਿੱਗ ਪਿਆ, ਜਿਹਦੇ ਚੱਲਦਿਆਂ ਲਗਭਗ ਪੂਰਾ ਹੀ ਟ੍ਰੈਫਿਕ ਇੱਥੇ ਜਾਮ ਹੋਇਆ ਪਿਆ ਅਤੇ ਲਗਭਗ 1 ਘੰਟਾ ਹੋਰ ਇਹ ਮੁਸ਼ਕਲ ਇਸੇ ਤਰ੍ਹਾਂ ਚੱਲੂਗੀ, ਜਿਹਦੇ ਵਿੱਚ ਬਿਜਲੀ ਮਹਿਕਮੇ ਤੋਂ ਲੈ ਕੇ ਬਾਕੀ ਸਾਰੇ ਹੀ ਮੁਲਾਜ਼ਮ ਇੱਥੇ ਪਹੁੰਚੇ ਹੋਏ ਆ ਜੋ ਕਿ ਇਸ ਰਸਤੇ ਨੂੰ ਜਲਦ ਤੋਂ ਜਲਦ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਹਾਂਜੀ, ਕੀ ਘਟਨਾ ਵਾਪਰੀ ਹੈ ਬਸ ਉੱਥੇ ਜਿਹੜੇ ਸਰ? ਇੱਕਦਮ ਨਾ ਬੱਸ ਰੁਕੀ ਸੀ ਜੀ, ਇੱਕਦਮ ਖੰਭਾ ਉੱਪਰ ਡਿੱਗਾ, ਅਗਲੇ ਵੀ ਪਹਿਲੋਂ ਡਿੱਗੇ ਸੀ ਅਤੇ ਬਾਅਦ 'ਚ ਡਰਾਈਵਰ ਨੇ ਇੱਕਦਮ ਬੱਸ ਰੁਕੀ, ਕਹਿੰਦੇ ਖੰਭਾ ਡਿੱਗ ਗਿਆ। ਡੱਬਾ ਖੰਭਾ ਡਿੱਗਣ ਦਾ ਕਾਰਨ ਕੋਈ ਲੱਗਿਆ ਪਤਾ? ਸਰ ਹਨੇਰੀ ਬਹੁਤ ਜ਼ਿਆਦਾ ਜੀ, ਸੱਦਰ ਬਾਈ ਨਹੀਂ ਪੈ ਰਿਹਾ ਜੀ। ਕੋਈ ਨੁਕਸਾਨ ਵਗੈਰਾ ਵੀ ਪਿਆ? ਨਹੀਂ ਸਰ, ਬਚਾਅ ਹੋ ਗਿਆ। ਬਚਾਅ ਹੋ ਗਿਆ? ਕੀ ਨਾਮ ਹੈ ਜੀ? ਸਰ ਹਰਪ੍ਰੀਤ ਸਿੰਘ। ਕਿੱਥੋਂ ਆ ਰਹੇ ਸੀ, ਕਿੱਥੇ ਜਾ ਰਹੇ? ਹਾਂਜੀ ਨਾ, ਤਰਨ ਤਾਰਨ ਤੋਂ ਆਏ ਜੀ, ਬਠਿੰਡੇ ਤੋਂ ਆ ਰਹੇ ਹਾਂ। ਠੀਕ ਹੈ ਜੀ, ਝਗੜੇ ਕਰਕੇ ਵਾਪਰੇ ਆ, ਤੁਹਾਡੇ ਸਾਹਮਣੇ ਹਾਸਾ ਜਿਹਾ ਵਾਪਰਿਆ ਜੀ। ਮੈਂ ਤਾਂ ਆਪ ਕੰਮ ਦੇ ਸੀ ਉੱਥੇ ਵੀ ਝਗੜਾ ਆਪਣੇ ਕਰਕੇ ਫਿਰ ਕੰਮ ਬੰਦ। ਕਿੰਨਾ ਕੁ ਜਿਹੜਾ ਹੈਗਾ ਨੁਕਸਾਨ ਹੋਇਆ? ਸਾਂਢ ਵਾਸਤਾ 12-13 ਖੰਭੇ ਡਿੱਗਿਆ ਜੀ ਘੱਟੋ ਘੱਟ ਜੀ। ਹਾਂਜੀ, ਅਤੇ ਹੁਣ ਕੋਈ ਜਾਨੀ ਮਾਲੀ ਨੁਕਸਾਨ? ਜਾਨੀ ਸਾਂਢ ਕੋਈ ਨਹੀਂ ਆ ਜੀ, ਬਸ ਤੁਹਾਡੇ ਸਾਹਮਣੇ ਹੀ ਇੱਕ ਤਾਂ ਟਰੈਕਟਰ 'ਤੇ ਖੰਭਾ ਡਿੱਗਿਆ ਜੀ, ਇੱਕ ਬੱਸ 'ਚ ਡਿੱਗਿਆ ਜੀ। ਤੁਹਾਡੇ ਨਾਲ ਇਹ ਫੋਨ ਆ ਜਿਹੜੇ ਸਾਰੇ ਸਾਰੇ ਟੀਮ ਨੰਬਰ ਲੈ ਕੇ ਜੀ ਆਪਣਾ ਤੇ ਕਿੰਨੇ ਚਿਰ ਤੱਕ ਜਿਹੜੀ ਸੜਕ ਪੂਰੀ ਕੰਪਲੀਟ ਚੱਲ ਪਊਗੀ? ਖੰਭੇ 10 ਖੰਭੇ ਟੁੱਟ ਗਏ ਜੀ ਦੀਪ ਬੱਸ ਦੇ ਉੱਤੇ, ਤਾਂ ਕਿ ਖੰਭਾ ਡਿੱਗਣ ਦੇ ਨਾਲ ਬੈਕ ਮਗਰੀ ਮੈਂ ਇਹਨਾਂ ਦੇ ਆ ਰਿਹਾ ਸੀਗਾ ਜੀ। ਉਸੇ ਵਕਤ ਫੌਰਨ ਹੀ ਮੈਂ ਮਤਲਬ ਕਿ ਮਹਿਕਮੇ ਨੂੰ ਆਪਣੇ ਸਲਾਹ ਦਿੱਤੀ, ਐਸ ਐਚ ਓ ਸਾਹਿਬ ਨੂੰ ਫੋਨ ਕੀਤਾ ਜੀ, ਸੀਨੀਅਰ ਅਫਸਰ ਨੂੰ ਦੱਸਿਆ ਜੀ, ਮੁੜਕੇ ਉਸ ਤੋਂ ਬਾਅਦ ਅਸੀਂ ਬਿਜਲੀ ਬੋਰਡ ਵਾਲਿਆਂ ਨੂੰ ਸੰਪਰਕ ਕਰਕੇ ਪ੍ਰਬੰਧਕ ਕਰਨ ਨਾਲ ਉਸੇ ਮੌਕੇ ਬਿਜਲੀ ਵਾਲੇ ਨੁਕਸਾਨ ਨਹੀਂ, ਜਾਨੀ ਨੁਕਸਾਨ ਕੋਈ ਨਹੀਂ ਹੋਇਆ। ਇਹ ਬੱਸ ਕਿੱਥੋਂ ਆ ਰਹੀ ਸੀ, ਕਿੱਥੇ ਜਾ ਰਹੀ ਸੀ? ਇਹ ਠੰਡੇ ਤੋਂ ਆ ਰਹੀ ਸੀ ਕੋਟਪੁਰੇ ਜਾ ਰਹੀ। ਹੋਰ ਵੀ ਕਿਸੇ ਦੇ ਖੰਭੇ ਡਿੱਗੇ ਕੋਟਪੁਰੇ? ਉਹਨਾਂ ਬਾਰੇ ਨਹੀਂ ਪਤਾ। ਨਹੀਂ, ਬੱਸ ਤੋਂ ਇਲਾਵਾ ਹੋਰ ਵੀ ਕਿਸੇ ਗੱਡੀ ਵੀ ਕਦੇ ਟਰੈਕਟਰ ਡਿੱਗਾ ਜੀ ਇੱਕ, ਉਹਦੀ ਬੱਚਤ ਰਹਿ ਗਈ? ਉਹਦੀ ਬੱਚਤ ਰਹਿ ਗਈ, ਉਹਦੇ 4 ਬੰਦੇ ਬੈਠੇ ਸੀ, ਉਹ ਬੱਚਤ ਰਹਿ ਗਈ ਜੀ। ਮਾਨੀ ਜਾਨੀ ਨਾਲ ਕੁਛ ਨਹੀਂ ਹੋਇਆ ਜੀ ਇਹਦੇ 'ਚ। ਡਰਾਈਵ ਕਹੀ ਰਾਤ ਦੀ ਡਿਵੈਸ਼ਨ ਪਿੱਛੇ ਨੂੰ ਦੇ ਦਿੱਤੀ ਹੈ ਜੀ, ਲੋਕਾਂ ਨੂੰ ਦੱਸਤਾ ਜੀ। ਠੀਕ ਹੈ, ਠੀਕ ਹੈ।